ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਹੋ ਕਰਦੇ ਤੁਸੀਂ ਸਾਰੇ ਘੈਂਟ ਹੋਵੋਗੇ। ਤੇ ਗਾਈਸ, ਸਭ ਤੋਂ ਪਹਿਲਾਂ ਤੁਹਾਨੂੰ ਹੈਪੀ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ, ਤੇ ਦੀਵਾਲੀ ਤੋਂ ਬਾਅਦ ਹੀ ਵੈਸੇ ਵਲੌਗ ਮਿਲਣਾ, ਸੋ ਤੁਹਾਡੇ ਸਾਰੇ ਘਰ ਪਰਿਵਾਰ ਨੂੰ ਹੈਪੀ ਦੀਵਾਲੀ, ਬਹੁਤ ਬਹੁਤ ਮੁਬਾਰਕਾਂ ਸਾਰਿਆਂ ਲਈ। ਦੀਵਾਲੀ ਖੁਸ਼ੀਆਂ ਵਾਲੀ ਹੋਵੇ, ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਣ। ਐਂਡ ਅੱਜ ਅਸੀਂ ਇੱਥੇ ਦੀਵਾਲੀ ਮਨਾ ਰਹੇ ਹਾਂ, ਤੇ ਏਦਾਂ ਹੀ ਆ ਦੀਵਾਲੀ ਸਾਡੀ, ਤਾਂ ਤਿਆਰ ਹੋ ਗਏ ਆ ਦੀਵਾਲੀ। ਗਾਇਸ ਤਿਆਰ ਹੋ ਗਏ ਆ, ਹੁਣ ਰੈਂਡਮ ਜਿਹਾ ਵਲੌਗ ਰਹੇਗਾ ਅੱਗੇ, ਤੇ ਅੱਗੇ ਦੇਖਦੇ ਆ। ਜੇ ਗੁਰਦੁਆਰਾ ਸਾਹਿਬ ਜਾਣਾ ਹੋਇਆ ਅੱਜ ਮੱਥਾ ਟੇਕਣ, ਉੱਥੇ ਵੀ ਜਾਵਾਂਗੇ। ਤੇ ਕਰਦੇ ਆ ਵਲੌਗ ਨੂੰ ਸਟਾਰਟ। ਵੈਸੇ ਕੈਨੇਡਾ 'ਚ ਸਾਡੀ ਪਹਿਲੀ ਦੀਵਾਲੀ ਹੈ, ਇੱਥੇ ਕੁਛ ਸੈਲੀਬ੍ਰੇਸ਼ਨ ਨਹੀਂ ਹੈਗੀ, ਬਟ ਅਸੀਂ ਆਪਣੀ ਸੈਲੀਬ੍ਰੇਸ਼ਨ ਕਰਦੇ ਹਾਂ। ਸੋ ਹਾਂਜੀ, ਵਲੌਗ ਨੂੰ ਲਾਸਟ ਤੱਕ ਇੰਜੋਏ ਕਰੋ। ਅਰਸ਼, ਅੱਜ ਦੀਵਾਲੀ ਵਾਲੇ ਦਿਨ ਹੋਰ ਤਾਂ ਕੁਛ ਪਤਾ ਨਹੀਂ, ਮੈਂ ਆਪਣੇ ਗਾਈਸ ਏਅਰਪੋਰਟ ਓਪਨ ਕਰ ਲਏ। ਅਰਸ਼ ਮੈਨੂੰ ਰੋਜ਼ ਕਹਿੰਦੀ ਸੀ ਅੱਜ ਕਰ ਲਓ ਓਪਨ ਯਾਰ, ਮੈਨੂੰ ਸਾਡੇ ਦੋਨਾਂ ਦੇ ਨਹੀਂ ਮਿਲ ਰਹੇ ਇੰਨੇ ਦਿਨ ਤੋਂ। ਐ ਤੂੰ ਐ ਮੈਂ, ਮੈਨੂੰ ਕਵਰ ਚੇਂਜ ਕਰ ਲੈ, ਠੀਕ ਆ? ਓਕੇ, ਹਾਂ ਚਲੀ ਆ। ਵੈਸੇ ਵੀ ਛੋਟਾ ਹੋ ਨਾ, ਪਾਸਾ ਬੈਂਡਡ ਲਾਣੇ ਆ ਪੈਰਾਂ ਵਿੱਚ, ਕਿਉਂਕਿ ਪੰਜਾਬੀ ਜੁੱਤੀ ਨਹੀਂ। 8 ਵਜੇ ਗੁਰਦੁਆਰਾ ਸਾਹਿਬ ਬੰਦ ਹੋ ਜਾਣਾ ਆ। ਫੋਨ ਪਾਕਟ ਚ ਪਾਓ ਤੇ ਚਲੋ। ਲਿਆ ਲਿਆ ਲਿਆ, ਚਲੋ ਮੇਰੇ ਕੜੀ ਲੈ ਗਏ। ਚਲ ਚਲੀਏ, ਸੋਹਣੀ ਲੱਗ ਰਹੀ ਹੈ ਬਹੁਤ ਜ਼ਿਆਦਾ, ਸਾਰੇ ਪਿਆਰੇ ਲੱਗ ਰਹੇ ਹੈ ਨਾ। ਹਾਂ, ਘਰ ਚ ਆਪਾਂ ਸਾਰੇ ਐਵੇਂ ਤਿਆਰ ਹੋਏ ਜਿਵੇਂ ਰਿਸੈਪਸ਼ਨ ਪਾਰਟੀ ਨਹੀਂ ਆਪਾਂ, ਪਰ ਇਹ ਤਾਂ ਇਹੀ ਆ। ਹੋਰ ਤੇ ਆਈ ਹੈ, ਸਹੀ ਗੱਲ। ਚਲੋ 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 ਚਲੀਏ। ਆ ਜੀ ਯਾਰ, ਆ ਕੇ ਗੁਰਦੁਆਰਾ। ਆਈ ਚਲੋ ਚਲੋ ਚਲੋ, ਜਨਤਾ ਜਾ ਰਹੀ ਸਾਡੀ ਸਾਰੀ ਤੁਰ ਕੇ। ਕਿਦਾਂ ਫੀਲ ਹੋ ਰਿਹਾ ਹੁਣ? ਵਧੀਆ, ਲੇਟ ਹੋ ਗਏ। ਫੀਲਿੰਗ ਆ ਰਹੀ ਆ। ਹਾਂ, ਲੇਟ ਹੋ ਗਏ ਥੋੜੇ ਜਿਹਾ। ਕਿਦਾਂ ਫੀਲਿੰਗ, ਜਿੱਦਾਂ ਆਪਾਂ ਕੋਈ ਜਾਗੋ ਨਹੀਂ ਕੱਢ ਰਹੇ ਹੁੰਦੇ। ਸਹੀ ਗੱਲ ਆ, ਪੂਰੀ ਜਾਗੋ ਵਾਲੀ ਵਿਆਹ ਵਾਲੀ ਫੀਲ ਆ ਰਹੀ। ਜਿੰਨੇ ਤਿਆਰ ਹੋ ਗਏ ਸੀ ਸਾਰੇ ਜਾ ਰਹੇ, ਅੱਧੇ ਉਹ ਅੱਗੇ ਜਾ ਰਹੇ ਆ ਤੇ ਆਪਾਂ ਪਿੱਛੇ ਪਿੱਛੇ। ਸਾਰੇ ਤਿਆਰ ਆ, ਬਾਕੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਜਾਈਏ ਬਸ। ਸਾਈਕਲ ਲੈ ਲਈਏ ਨਾ? ਸਾਈਕਲ ਹਾਂ, ਲੈਣਾ ਪੈਣਾ ਯਾਰ, ਜਿਸ ਹਿਸਾਬ ਨਾਲ ਤੁਸੀਂ ਜਾਣਦੇ ਜੇ ਸਲੋ ਸਲੋ ਥੋੜੀ ਸਪੀਡ ਮਾਰੋ ਯਾਰ, ਤੇਜ਼ ਤੁਰੋ। ਚਲੋ 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 ਚਲੋ, ਲਾਈਟ ਉਹ ਵੇਲਾ ਲਾਈਟ ਤੋਂ ਲੰਘ ਕੇ ਸਾਨੂੰ ਖਲੋਣਾ ਪੈਣਾ ਹੁਣ। ਅੱਜ ਤੇ ਪੂਰੀ ਰੌਣਕ ਲੱਗੀ ਆ ਹੈ ਨਾ ਗੁਰਦੁਆਰਾ ਸਾਹਿਬ, ਅੱਜ ਤੇ ਵਧੀਆ ਯਾਰ। ਚਲ ਧਿਆਨ ਨਾਲ ਸੂਟ ਦੇਣਾ ਪਵੇ ਲਿਆ। ਹੈਪੀ ਦੀਵਾਲੀ। ਡਿਲੀਵਰੀ ਕਰਕੇ ਲੈ ਕੇ ਆਉਣਾ, ਦੋ ਲੈ ਕੇ ਆਉਣਾ, ਠੀਕ ਆ? ਤੁਸੀਂ ਆ ਫੁੱਲ ਚੜ ਗਿਆ ਇੱਥੇ ਹੀ ਆ। ਧਿਆਨ ਨਾਲ ਕੱਪੜੇ ਤੇ ਆ। ਹਾਂ ਧਿਆਨ ਨਾਲ,
हैप्पी दिवाली सारिआं नूं। पहला पनीर दी वारी है। हाँ जी पहला पनीर। ओके इन्हें ज्यादा टाइम नहीं लाना ठीक है, तीन चार मिनट ही लाने हैं। इन्हें बड़े आराम ना बहुत टेस्टी बन जाना। बारबेक्यू वाला काम तो अपना बनया नहीं है ना, पर वही चीजें बननी है। वो तो उस चो नहीं ना है, वो ब्रैम्पटन करेंगे काम अपन। ऐवें रख दा है ना। हां हां तो स्प्रेड कर दे। ये तो सारे एको बार ही बन जाने हैं, टेस्ट करके देख ला किदा दा ठीक है ना। वो तो मैं हुन रख ही देता है, हुन तो हो गया सही होगा ठीक किता ना। हां नहीं वैसे तो ओके रिपोर्ट नाइस हो गया। वेज वाले पहला प्लेटा फड़ ले। हां वेज वाले बंदे ਕਿਹੜਾ ਪਲੇਟਾ ਫੜ ਲੈਣ ਲੱਗ ਗਿਆ ਉਹਨਾਂ ਦਾ ਰੈਡੀ ਹੈ ਪਹਿਲਾਂ ਉਹ ਇੱਕੋ ਵਾਰੀ ਚ ਕਿੰਨਾ ਲੱਗ ਜਾਣਾ ਨਾ ਕਰ ਲੈ ਰੈਡੀ ਹੈ ਕੰਮ ਲੱਗ ਤਾਂ ਰਿਹਾ ਵਾਹ ਅੱਛੇ ਰਹੇ ਸੇ ਕੋ ਵਾਹ ਪਨੀਰ ਆਪਾਂ ਖਾ ਸਕਦੇ ਨਾਨ ਵੈਜ ਵਾਲੇ ਬੰਦੇ ਵੈਜ ਨਹੀਂ ਖਾ ਸਕਦੇ ਚੈੱਕ ਕਰਨਾ ਪੈਣਾ ਬਣ ਗਿਆ ਕਿ ਨਹੀਂ ਨਹੀਂ ਥੋੜਾ ਥੋੜਾ ਮੈਨੂੰ ਲੱਗ ਰਿਹਾ ਨਹੀਂ ਵੈਸੇ ਤਾਂ ਹੋ ਗਿਆ ਹੈ ਨਾ ਇਜ਼ ਇਟ ਕੈਂਟ ਹਲਕੀ ਜੀ ਹੈਗੀ ਕਸਰ ਪਰ ਆ ਤੇਰਾ ਰੈਪਰ ਵਾਲਾ ਤਾਂ ਨਹੀਂ ਸੀ ਨਾ ਪਾ ਦੋ ਫਿਰ ਰੈਪਰ ਵਾਲੇ ਦੇ ਨਾਲ ਨਾ ਥੱਲੇ ਲੱਗੇ ਦਾਣੇ ਤੇਰਾ ਆਈਡੀਆ ਚੰਗਾ ਆ ਚਲੋ ਮਰਿਆ ਹੋ ਗਿਆ ਚਲੋ ਹੁਣ ਆ ਕਰ ਲੋ ਫਿਰ ਆਪਾਂ ਨੌਨ ਵੈਜ ਰੱਖਦੇ ਆ ਹਾਂ ਬਸ ਆਪਾਂ ਨੌਨ ਵੈਜ ਰੱਖਦੇ ਆ ਤੇ ਆ ਯਾਰ ਇਹਦਾ ਤਾਂ ਚੇਤਾ ਹੀ ਭੁੱਲ ਗਿਆ ਮੂੰਹ ਮਿੱਠਾ ਕਰਾਉਂ ਸਾਰਿਆਂ ਦਾ ਹਾਂ ਇਹਨੂੰ ਖੋਲਣਾ ਨਾ ਮੈਂ ਖਾਣਾ ਮੂੰਹ ਮਿੱਠਾ ਤੇ ਵਾਟੇ ਮੂੰਹ ਮਿੱਠਾ ਕਰਾਈ ਹੈ ਸਾਰਿਆਂ ਨੇ ਇਹਦਾ ਆਪਾਂ ਭੁੱਲ ਹੀ ਗਏ ਇੰਜੋਇਮੈਂਟ ਚ इंडिया मिठाई खाते नहीं हूं चलो पर वधिया रही यार आज दी दिवाली अपनी ना इंजॉयमेंट काफी कर ली आप ठीक है यार ਹੋ ਟਾਈਟ ਹੈ ਨਾ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਓ ਵੈਰੀ ਗੁੱਡ ਦਾਰਾ ਸਿੰਘ ਦਾ ਬਣ ਗਿਆ ਮੈਂ ਰੁਕ ਜਾ ਰੁਕ ਜਾ ਮੇਰੀ ਜਾਨ ਨਾ ਪੀ ਦਵਾਲੀ ਸਾਡੀ ਪਹਿਲੀ ਦਵਾਲੀ ਥੈਂਕ ਯੂ ਕਰਾਉ ਸਾਰਿਆਂ ਨੂੰ ਮਿੱਠਾ ਆ ਇੰਡੀਆ ਸਾਰੀ ਦੀ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਸੋ ਮੱਚ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਹਿੱਸਾ ਮੈਂ ਖਾ ਲਈ ਹਾਂ ਜੀ ਆ ਸਾਰੀ ਫੈਮਿਲੀ ਲਈ ਤੇ YouTube ਫੈਮਿਲੀ ਲਈ ਵੀ ਹਾਂ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਚਲੋ ਹੁਣ ਆਪਾਂ ਬਾਕੀਆਂ ਦਾ ਮੂੰਹ ਮਿੱਠਾ ਕਰਾ ਲਈਏ ਕਰੋ ਜੀ ਸਾਰੇ ਮੂੰਹ ਮਿੱਠਾ ਥੈਂਕ ਯੂ ਕੀ ਮੰਨ ਲਿਆ ਨਹੀਂ 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 ਲੈ ਕੇ ਆਏ ਸੀ ਕੱਲ ਪਰਸੋਂ ਸੋ ਵੈਜ ਹੋ ਗਿਆ ਰੈਡੀ बैठे सही गल आप सिर्फ फ्रूट्स खाते मॉर्निंग कल हम आप तीन चार काम करके आने जरूरी जरूरी फिर छेती छेती रिवील करेंगे छेती छेती बड़ा कुछ रिवील करेंगे बहुत कुछ आने वाला है गाइस यस बने रहो व्लॉग्स दे विच बस चैनल पे बने रहो जासूस कनाडा करो 5-10 मिनट और बैठो हां ओके वेट करने सब तो ओके तो भूख ना जान निकल रही है यारा दी ये गुगु ने अपना हाथ जला लिया सी ओ यार ओ मैं ना गलती ना ओ बस बस बड़ी है बड़ी है बड़ी है यार मेनू देख के कुछ हो रहा है ब्रश थोड़ी करना मैं थोड़ी थोड़ी ला दे मैं ओ यार जो तो सेक पेंदा ना ओदो लगदी इथे अंगूठे ते भी है बहु अंगूठे ते बिना ग्लव्स तो फड़ लिया यार ओनु गलती ना तू केयर करता छी मेरी मेनू पता कुछ हुंदा बड़ा वा बड़ा यार मैं कही ना मैं ब्रश नहीं करना कीता बस रे बस थोड़ी थोड़ी ला दे बस 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 दिवाली है ना हाथ ते सड़दे ही
ਪਰ ਉਹ ਤਾਂ ਲੋਕੀ ਪਟਾਕਿਆਂ ਨਾਲ ਜਲਾਉਂਦੇ ਸੀ ਰੋਟੀਆਂ ਨਾਲ ਜਲਾਈ ਦਿੰਦੇ ਨੇ ਤੂੰ ਤਾਂ ਚੇਂਜ ਕਰ ਆਈ ਆ ਮੋਟੋ ਕਿਊਟ ਲੱਗ ਰਹੀ ਮੇਰੀ ਮੰਮਾ ਨੇ ਬਣਾ ਕੇ ਦਿੱਤਾ ਸੀ ਆ ਨਾਈਟ ਸੂਟ ਛੋਟਾ ਮੈਂ ਲੈ ਕੇ ਆਇਆ ਸੀ ਸੋਹਣਾ ਲੱਗ ਰਿਹਾ ਥੈਂਕ ਯੂ ਚਲ ਆ ਜਾ ਫਿਰ ਹੁਣ ਖਾਈਏ ਯਾਰ ਭੁੱਖ ਬਸ ਉਹ ਰੈਡੀ ਹੋ ਚੱਲਾ ਆਪਣਾ ਪਾਪਾ ਜੀ ਕੱਚ ਵੀ ਧੋੜਿਆ ਨਾ ਹਾਂ ਇਹ ਫੋਟੋ ਸ਼ੂਟ ਦੀ ਬਲੀ ਚੜੇ ਹੋਏ ਕੱਚ ਮੈਂ ਹੀ ਬੈਠਾ ਹੀ ਇਹਦੇ बाद खा पी के पच जूगी रोटी पानी अपना दूर रह के एक टाइम इमोशनल होमीज वाली फैमिली ना मिलके बहुत वधिया सेलिब्रेशन हो गई दिवाली दी बहुत वधिया रहा थैंक्स टू ऑल सारे ना मिलके दिन साडा बहुत स्पेशल हो गया एंड हुण आपां इत्थे करदे हां व्लॉग नूं एंड क्योंकि सच्ची हुण बहुत ज़्यादा टायर्ड हो चुके हैं आपां वीडियो नूं इंजॉय किया लाइक शेयर जरूर कर दिओ चैनल सबसक्राइब जरूर कर लियो गाइज एंड थैंक यू सो मच फॉर योर लव एंड सपोर्ट लव यू गाइज बाय बाय लव यू ऑल बाय